Listen to my heart beat, beat, beat. Saying, do you love me, me, me? But I'm lying here alone, so I put you in a song beside my heart beat, beat, beat. Listen to my heart. Hello guys, ਸਤਿ ਸ਼੍ਰੀ ਅਕਾਲ, ਮੈਂ ਨਵਨੀਤ ਕੌਰ ਤੇ ਮੈਂ ਲੈ ਕੇ ਆਈ ਅੱਜ ਫਿਰ ਤੁਹਾਡੇ ਲਈ ਪੰਜਾਬੀ ਵਲੌਗ, ਜਿਸ ਦੇ ਵਿੱਚ ਮੈਂ ਬਣਾਵਾਂਗੀ ਆਪਣੀ ਬੇਟੀ ਦਾ ਫੇਵਰੇਟ ਸਨੈਕ, ਜਿਹੜਾ ਕਿ ਤੁਹਾਡੇ ਬੇਬੀਜ਼ ਨੂੰ ਵੀ ਬਹੁਤ ਪਸੰਦ ਆ ਸਕਦਾ ਹੈ। ਤੇ ਚਲੋ ਬਣਾਈਏ ਮੇਰੀ ਬੇਟੀ ਦਾ ਫੇਵਰੇਟ ਸਨੈਕ, ਰਵਾ ਟੋਸਟ। ਫ੍ਰੈਂਡਸ, ਬਣਾਉਂਦੇ ਹਾਂ ਬੇਬੀ ਲਈ ਸਨੈਕ। ਉਸ ਲਈ ਮੈਨੂੰ ਚਾਹੀਦੀ ਹੈ ਬਰਾਊਨ ਬ੍ਰੈਡ। ਮੈਂ ਯੂਜ਼ ਕਰ ਰਹੀ ਹਾਂ ਬਰਾਊਨ ਬ੍ਰੈਡ, ਤੁਸੀਂ ਯੂਜ਼ ਕਰ ਸਕਦੇ ਹੋ ਵਾਈਟ ਬ੍ਰੈਡ, ਬਟ ਮੇਰੀ ਬੇਟੀ ਨੂੰ ਔਰ ਮੈਨੂੰ ਦੋਵਾਂ ਨੂੰ ਬਰਾਊਨ ਬ੍ਰੈਡ ਪਸੰਦ ਹੈ, ਤਾਂ ਆਪਾਂ ਬਰਾਊਨ ਬ੍ਰੈਡ ਨਾਲ ਹੀ ਅੱਜ ਰਵਾ ਟੋਸਟ ਬਣਾਵਾਂਗੇ। ਉਸ ਤੋਂ ਸਭ ਤੋਂ ਪਹਿਲਾਂ ਫ੍ਰੈਂਡਸ, ਆਪਾਂ ਨੂੰ ਬਰਾਊਨ ਬ੍ਰੈਡ ਨੂੰ ਜਿਹੜੀ ਇਹਦੀ ਐਜਿਸ ਹੈ ਉਹਨਾਂ ਨੂੰ ਟ੍ਰਿਮ ਕਰਨਾ ਪਏਗਾ ਆਪਾਂ ਨੂੰ। ਬ੍ਰੈਡ ਨੂੰ ਉੱਪਰ ਟ੍ਰਿਮ ਕਰ ਲਿਆ ਹੈ, ਇਸ ਤੋਂ ਬਾਅਦ ਆਪਾਂ ਇਸ ਨੂੰ ਰਵਾ ਟੋਸਟ ਬਣਾਵਾਂਗੇ। ਰਵਾ ਟੋਸਟ ਬਣਾਉਣ ਦੇ ਲਈ ਜੋ ਮਟੀਰੀਅਲ ਫ੍ਰੈਂਡਸ ਆਪਾਂ ਨੂੰ ਚਾਹੀਦੇ ਹੈ, ਕੁਝ ਗਿਣੀਆਂ ਚੁਣੀਆਂ ਚੀਜ਼ਾਂ। ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੇ ਟਮੈਟੋ, ਇਸ ਦੇ ਵਿੱਚ ਮੈਂ ਟਮੈਟੋ ਦੇ ਵਿੱਚ ਜੋ ਸਾਰੇ ਬੀਜ ਸੀਗੇ ਉਹ ਨਿਕਾਲ ਲਏ। ਉਸ ਤੋਂ ਬਾਅਦ ਕੈਪਸਿਕਮ, ਓਨੀਅਨ, ਸੂਜੀ ਇੱਕ ਕਟੋਰੀ, ਕੈਰਟ, ਇਹ ਮੈਂ ਯੂਜ਼ ਕਰੂੰਗੀ ਆਪਣੇ ਬੇਬੀ ਲਈ ਕਿਉਂਕਿ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ, ਤਾਂ ਬਾਕੀ ਆਪਸ਼ਨਲ ਹੈ ਫ੍ਰੈਂਡਸ, ਅਗਰ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਇਟਸ ਯੋਰ ਵਿਸ਼। ਮਲਾਈ, ਹੋਮ ਮੇਡ ਮਲਾਈ ਫ੍ਰੈਂਡਸ ਮੈਂ ਯੂਜ਼ ਕਰ ਰਹੀ ਹਾਂ, ਓਲਿਵ ਓਇਲ ਤੁਸੀਂ ਯੂਜ਼ ਕਰ ਸਕਦੇ ਹੋ, ਰਿਫਾਇੰਡ ਓਇਲ। ਤਾਂ ਚਲੋ ਚਲੀਏ ਬਣਾਉਂਦੇ ਹਾਂ ਹੁਣ ਰਵਾ ਟੋਸਟ। ਸਭ ਤੋਂ ਪਹਿਲਾਂ ਲਵਾਂਗੇ ਆਪਾਂ ਸੂਜੀ ਇੱਕ ਬਾਉਲ ਚ, ਮੈਂ 5 ਸਪੂਨ ਸੂਜੀ ਲਿੱਤੀ ਹੈ ਫ੍ਰੈਂਡ। ਉਸ ਤੋਂ ਬਾਅਦ ਅਨੀਅਨ, ਕੈਪਸਿਕਮ ਮਾਈ ਫੇਵਰੇਟ, ਇਹਦੀ ਫ੍ਰੈਗਰੈਂਸ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ। ਕੈਰਟ, ਇਹ ਮੈਂ ਆਪਣੀ ਬੇਬੀ ਲਈ ਜ਼ਰੂਰ ਯੂਜ਼ ਕਰਦੀ ਹਾਂ ਕਿਉਂਕਿ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ। ਟਮੈਟੋ, ਹੁਣ ਮਲਾਈ ਫ੍ਰੈਂਡਸ, ਇਸ ਦੀ ਜਗ੍ਹਾ ਤੁਸੀਂ ਯੋਗਰਟ ਵੀ ਯੂਜ਼ ਕਰ ਸਕਦੇ ਹੋ, ਦੈਟ ਇਜ਼ ਯੋਰ ਚੋਇਸ। ਹੁਣ ਆਪਾਂ ਮਿਕਸਚਰ ਨੂੰ ਮਿਕਸ ਕਰ ਲਾਂਗੇ। ਮਿਕਸਚਰ ਨੂੰ ਐਡ ਕਰਦੇ ਹੋਏ ਆਪਾਂ ਇਸ ਮਿਕਸਚਰ ਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਫ੍ਰੈਂਡਸ, ਨਮਕ ਜ਼ਰੂਰੀ ਹੈ। ਜੋ ਤਿੱਖਾ ਖਾਣਾ ਪਸੰਦ ਕਰਦੇ ਨੇ ਉਹ ਗ੍ਰੀਨ ਚਿਲੀਜ਼ ਵੀ ਐਡ ਕਰ ਸਕਦੇ ਹੈ, ਬਟ ਮੇਰੀ ਬੇਬੀ ਨੂੰ ਤਿੱਖਾ ਬਿਲਕੁਲ ਨਹੀਂ ਪਸੰਦ। ਹੁਣ ਅੱਛੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਮਿਕਸਚਰ, ਇਸ ਤੋਂ ਬਾਅਦ ਆਪਾਂ ਨੂੰ ਲਗਾਵਾਂਗੇ ਬ੍ਰੈਡ ਦੇ ਉੱਤੇ। ਬ੍ਰੈਡ ਦੇ ਉੱਤੇ ਅੱਛੀ ਤਰ੍ਹਾਂ ਇਹਨੂੰ ਸਪਰੈਡ ਕਰ ਦਾਂਗੇ ਮਿਕਸਚਰ ਨੂੰ। ਫ੍ਰੈਂਡਸ, ਮੈਂ ਇਹ ਟੋਸਟ ਬਣਾ ਰਹੀ ਹਾਂ ਆਪਣੇ ਨੋਨ ਸਟਿਕ ਤਵੇ ਤੇ। ਅਗਰ ਤੁਸੀਂ ਚਾਹੋ ਤਾਂ ਇਹ ਟੋਸਟ ਬਣ ਸਕਦਾ ਹੈ ਕਿਸੇ ਪੈਨ ਵਿੱਚ, ਨੋਨ ਸਟਿਕ ਪੈਨ ਵਿੱਚ। ਤਾਂ ਚਲੋ ਆਪਾਂ ਹੁਣ ਇਹ ਟੋਸਟ ਬਣਾਉਣਾ ਸਟਾਰਟ ਕਰਦੇ ਹਾਂ। ਪਰ ਆਪਾਂ ਇਹ ਮਟੀਰੀਅਲ ਲਗਾਵਾਂਗੇ ਜੋ ਆਪਾਂ ਰੈਡੀ ਕੀਤਾ ਸੀ ਰਵਾ ਟੋਸਟ ਲਈ। ਇਸ ਤੋਂ ਬਾਅਦ ਆਪਾਂ ਤਵੇ ਤੇ ਹਲਕਾ ਜਿਹਾ ਆਇਲ ਪਾਵਾਂਗੇ, ਬਿਲਕੁਲ ਲਿਟਲ ਬਿਟ, ਜ਼ਿਆਦਾ ਨਹੀਂ ਕਿਉਂਕਿ ਨੋਨ ਸਟਿਕ ਤੇ ਬਿਲਕੁਲ ਥੋੜਾ ਆਇਲ ਲੱਗਦਾ ਫ੍ਰੈਂਡ। ਤਾਂ ਚਲੋ ਹੁਣ ਆਪਾਂ ਰਵਾ ਟੋਸਟ ਸੇਕਦੇ ਹਾਂ। ਥੋੜਾ ਜਿਹਾ ਉੱਪਰ ਦੂਜੀ ਸਾਈਡ, ਫ੍ਰੈਂਡਸ ਜਦੋਂ ਵੀ ਰਵਾ ਟੋਸਟ ਬਣਾਓ ਤਾਂ ਪਲੀਜ਼ ਸਪੈਚੁਲਾ ਜਿਹੜਾ ਵੀ ਤੁਸੀਂ ਯੂਜ਼ ਕਰੋਗੇ, ਪਲੇਨ ਸਪੈਚੁਲਾ ਯੂਜ਼ ਕਰਨਾ, ਕੋਈ ਵੀ ਡੂੰਘਾ ਸਪੈਚੁਲਾ ਯੂਜ਼ ਨਾ ਕਰਨਾ, ਉਹਦੇ ਨਾਲ ਰਵਾ ਟੋਸਟ ਜਿਹੜਾ ਕਿ ਵਿੱਚੋਂ ਟੁੱਟ ਸਕਦਾ। ਅੱਛੀ ਤਰ੍ਹਾਂ ਪੱਕਣੀ ਚਾਹੀਦੀ ਹੈ, ਅਗਰ ਸੂਜੀ ਕੱਚੀ ਰਹੇਗੀ ਤਾਂ ਰਵਾ ਟੋਸਟ ਵੀ ਕੱਚਾ ਰਹੇਗਾ, ਉਹਦੇ ਵਿੱਚ ਬਿਲਕੁਲ ਮਜ਼ਾ ਨਹੀਂ ਹੈ ਖਾਣ ਦਾ।
ਤਾਂ ਸੂਜੀ ਬਿਲਕੁਲ ਅੱਛੀ ਤਰ੍ਹਾਂ ਪਕਾਉਣੀ ਹੈ ਪਹਿਲਾਂ, ਉਸ ਤੋਂ ਬਾਅਦ ਆਪਾਂ ਇਹਨੂੰ ਦੂਸਰੀ ਸਾਈਡ ਪਲਟਾਵਾਂਗੇ। ਅੱਛੀ ਤਰ੍ਹਾਂ ਪੱਕ ਚੁੱਕੀ ਹੈ ਸੂਜੀ। ਅਗਰ ਆਪਾਂ ਚਾਹੀਏ ਤਾਂ ਦੂਸਰੀ ਸਾਈਡ ਤੋਂ ਵੀ ਥੋੜਾ ਕਰੰਚੀ ਕਰ ਸਕਦੇ ਹਾਂ, ਕਿਉਂਕਿ ਸਪੈਸ਼ਲੀ ਮੈਨੂੰ ਬਹੁਤ ਕਰੰਚੀਨੈਸ ਪਸੰਦ ਹੈ, ਤਾਂ ਦੂਸਰੀ ਸਾਈਡ ਤੋਂ ਬਿਲਕੁਲ ਕਰੰਚੀ ਕਰਦੇ ਹਾਂ ਇਹਨੂੰ। Now this is ready. ਤਿਆਰ ਹੈ ਸੂਜੀ ਰਵਾ ਟੋਸਟ। ਤੁਸੀਂ ਇਹਨੂੰ ਖਾ ਸਕਦੇ ਹੋ ਚਾਹ ਨਾਲ, ਟਮੈਟੋ ਸੌਸ ਨਾਲ, ਜਾਂ ਫਿਰ ਗ੍ਰੀਨ ਚਟਨੀ ਨਾਲ। ਇੰਜੋਏ ਕਰੋ ਸੂਜੀ ਰਵਾ ਟੋਸਟ। ਸਨੈਕ ਆਪਣੀ ਬੇਟੀ ਨੂੰ ਵੀਕ ਵਿੱਚ 2-3 ਟਾਈਮਸ ਦਿੰਦੀ ਹਾਂ, ਕਿਉਂਕਿ ਇਹ ਹੈਲਦੀ ਵੀ ਹੈ, ਮਿਕਸ ਵੈਜੀਟੇਬਲ ਸਨੈਕ ਹੈ, ਤਾਂ ਮੈਂ ਆਪਣੀ ਬੇਟੀ ਨੂੰ ਜ਼ਰੂਰ ਦਿੰਦੀ ਹਾਂ ਔਰ ਉਹ ਬਹੁਤ ਲਾਈਕ ਕਰਦੀ ਹੈ ਇਹਨੂੰ। ਤੁਹਾਨੂੰ ਕਿਵੇਂ ਲੱਗਿਆ ਪਲੀਜ਼ ਮੈਨੂੰ ਦੱਸਣਾ। ਇਫ ਯੂ ਵਾਚਿੰਗ ਮਾਈ ਵੀਡੀਓ ਗਾਇਜ਼, ਇਫ ਯੂ ਲਾਈਕ ਮਾਈ ਵੀਡੀਓਜ਼ ਦੈਨ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਸੋ ਦੈਟ ਆਈ ਕੈਨ ਕਮ ਵਿਦ ਨਿਊ ਵੀਡੀਓਜ਼, ਮਾਈ ਨਿਊ ਐਕਸਪੀਰੀਅੰਸਿਸ। ਥੈਂਕ ਯੂ ਗਾਇਜ਼, ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।